ਈ ਆਕਾਸ਼ਵਾਣੀ ਜੰਮੂ ਹੈ ਹੁਣ ਤੁਸੀਂ ਪੰਕਜ ਗੋਲੀ ਤੁਮਾਂ ਖਬਰਾਂ ਸੁਨੋ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਉਪ ਰਾਸ਼ਟਰਪਤੀ ਜਗਦੀਪ ਧਨਖੜ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਹੁੰਦੀ ਨੜੀ ਨਮੇਮੀ ਜਨਤੀ ਪਰ ਅੱਜ ਨਵੀਂ ਦਿੱਲੀ ਚ ਸਦੈਵ ਅਟਲ ਸਮਾਰਕ ਪਰ ਉਹਨੇਗੀ ਪੁਸ਼ਪਾਂਜਲੀ ਪੇਂਟ ਕੀਤੀ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਰੱਖਿਆ ਮੰਤਰੀ ਰਾਜਨਾਥ ਸਿੰਘ ਵਿਧਾਨ ਸਭਾ ਅਧਿਆਕਸ਼ ਓਮ ਬਿਰਲਾ ਰਾਜ ਸਭਾ ਦੇ ਉਪ ਸਭਾਪਤੀ ਹਰੀਵੰਸ਼ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਤੇ ਹੋਰ ਦੂਏ ਲੋਕੀ ਹੁੰਦੇ ਸਮਾਰਕ ਪਰ ਫੁੱਲ ਚਾੜੀਏ ਉਹਦੇ ਬੱਖੀ ਸਨਮਾਨ ਪ੍ਰਗਟ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਇਹਨਾਂ ਸਾਭ ਦਾ ਪ੍ਰਧਾਨ ਮੰਤਰੀ ਅਟਲਬੀਹਾਰੀ ਵਾਜਪਈ ਹੋਰेंगी ਅੱਜ ਉਹਨਦੀ ਜਨਮ ਦਿਨ ਤੇ ਭਾਵ ਇਮਪਰੋਚੀ ਸ਼ਰਧਾਂਜਲੀ ਪੇਂਟ ਕਰਦੇ ਹੋ ਯਾਕਿਆ ਜੇ ਵਾਜਪਈ ਹੋਰ ਜੀਵਨ ਪਰ ਦੇਸ਼ ਦੇ ਨਿਰਮਾਣ ਚ ਰੁੱਝੇ ਦੇ ਰੇ ਇੱਕ ਸੋਸ਼ਲ ਮੀਡੀਆ ਪੋਸਟ ਚ ਸ਼੍ਰੀ ਮੋਦੀ ਹੋਰ ਯਾਕਿਆ ਜੇ ਭਾਰਤ ਮਾਤਾ ਬਖੀ ਉਹਨ ਦਾ ਸਮਰਪਣ ਤੇ ਸੇਵਾ ਲੰਮੇ ਚੀਰੇ ਤੋੜੀ ਨੇਕੇ ਲਈ ਪ੍ਰੇਰਣਾ ਦਾ ਸਰੋਤ ਬਣੇ ਦਾ ਰੋਗ ਅਟਲਬੀਹਾਰੀ ਵਾਜਪਈ ਹੁੰਦੀ 99ਵੀਂ ਜਨਮ ਦਿਨ ਪਰ ਭਾਜਪੀ ਦੇਸ਼ ਪਰ ਅਜ ਨੇਕੇ ਕਾਰਜਕ੍ਰਮੇ ਦਾ ਸਬੰਧ ਕਰਾ ਕਰ ਦੀਆ ਸ਼੍ਰੀ ਵਾਜਪੇਈ ਜੀ ਦਾ ਜਨਮ 25 ਦਸੰਬਰ 1924 ਦੀ ਮੱਧ ਪ੍ਰਦੇਸ਼ ਦੇ ਗਵਾਲੀਅਰ ਚ ਹੋਇਆ ਹਾ ਉਹ ਤਰੇ ਬਾਰੀ ਦੇਸੇ ਦੇ ਪ੍ਰਧਾਨ ਮੰਤਰੀ ਰਹਿ ਚੁਕੇ ਦਿਨ ਲੈਫਟੀਨੈਂਟ ਗਵਰਨਰ ਮਨੋਜ ਸਿਨਾ ਹੋਰ ਐਮਪਲਾਈ ਲਖਾਈ ਤੇ ਗਿਆਨ ਦੀ ਸਮਾਜੀ ਆਰਥਿਕ ਬਰੂਬਰੀ ਲਈ ਪਹਿਲੀ ਸ਼ਰਤ ਦੱਸਦੇ ਹੋ ਆਖਿਆ ਜੇ ਸਿੱਖਿਆ ਗੈ ਸਮਾਜ ਕੀ ਬਦਲਨੇ ਦਾ ਇਕਲਾ ਜ਼ਰੀਆ ਹੈ ਸ਼੍ਰੀ ਸਿਨਾ ਹੋਰ ਇੰਗਲਾਇਆ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁੰਦੀ ਨੁਮਾਇੰਦਗੀ ਚ ਭਾਰਤ ਗਿਆਨ ਦੇ ਖੇਤਰਾਂ ਚ ਨਵੇਂ ਤੇ ਅਸਰਦਾਰ ਢੰਗੇ ਕਨੇ ਤਰੱਕੀ ਕਰਾ ਕਰਦਾ ਹੈ ਉਨੇ ਕਿਹਾ ਜੇ ਅੱਜ ਸਮੂਲਚਾ ਦੇਸ਼ 2047 ਤਦਰ ਭਾਰਤ ਦੀ ਆਤਮ ਨਿਰਭਰ ਤੇ ਇੱਕ ਵਿਕਸਤ ਦੇਸ਼ ਬਣਾਉਣ ਦਾ ਇੱਕ ਮਕਸਦ ਕਨੇ ਕੰਮ ਕਰਾ ਕਰਦਾ ਹੈ ਉਪ ਰਾਜਪਾਲ ਹੋ ਰਹੇ ਵਾਰਾਨਸੀ ਦੇ ਜਗਤਪੁਰ ਚ ਕੱਲ ਲਗੇ ਦੇ ਇੱਕ ਯਾਦਗਰੀ ਸਮਾਰੋਹ ਚ ਆਪਣੇ ਸੰਬੋਧਨ ਚ ਇਹ ਗਾ ਲਾਖੀ ਉਹਨੇ ਸੁਤੰਤਰਤਾ ਸੈਨਾਨੀ ਸਮਾਜ ਸਦਾ ਰਕਮਨਨੇ ਪਰਮਾਨਨੇ ਦੇ ਵਿਦਵਾਨ ਤੇ ਜਗਤਪੁਰ ਪੀਜੀ ਕਾਲਜ ਦੇ ਸੰਸਥਾਪਕ ਬਾਬੂ ਸ਼ਿਵਨਾਥ ਸਿੰਘ ਜੀ ਹੋਰ ਇਹਨਾਂ ਦੀ ਸ਼ਰਧਾਂਜਲੀ ਅਰਪਿਤ ਕੀਤੀ ਸ਼੍ਰੀ ਸੇਨਾਵਰ ਨੇ ਇਸ ਮੌਕੇ ਜੰਮੂ ਕਸ਼ਮੀਰ ਚ ਸਕੂਲੀ ਤੇ ਉੱਚ ਸਿੱਖਿਆ ਚ ਬਦਲਾਅ ਵਾਲੀ ਯਾਤਰਾ ਦੇ ਆਪਣੇ ਅਨੁਭਵਾਂ ਦੀ ਸਾਂਝਾ ਕੀਤੀ। ਉਨ੍ਹਾਂ ਸਿੱਖਿਆ ਪ੍ਰਣਾਲੀ ਚ ਵਿਦਿਆਰਥੀਆਂ ਦੀ ਪ੍ਰਤੀਕਿਰਿਆ ਗਿ ਸ਼ਾਮਲ ਕਰਨੇ, ਨਵਾਂਚਾਰ ਅਧਾਰਿਤ ਪ੍ਰਤੀਯੋਗਤਾਆਂ ਦੇ ਆਯੋਜਨ ਤੇ ਅੰਤਰ ਵਿਸ਼ਵਕ ਸਿੱਖਿਆ ਭਰਤਿਆਨ ਦੇਣੇ ਬਾਰੇ ਆਪਣੇ ਸੁਝਾਅ ਵੀ ਦਿੱਤੇ। ਜੰਮੂ ਪੁੰਚ ਲੋਕ ਸਭਾ ਹਲਕੇ ਥਮਾ ਸੰਸਦ ਜੁਗਲ ਕਸ਼ੋਰ ਸ਼ਰਮਾ ਹੋ ਰਹੇ ਸੰਸਦੀ ਖੇਤਰ ਨਗਰੋਟਾ ਦੇ ਬਲਾਕ ਡੰਸਾਲ ਚ ਕਥਾਰ ਥਮਾ ਪੋਂਗਲ ਤਗਰ ਬਣਾਈ ਗਈ ਦੀ ਸੜਕ ਤੇ ਕੰਬੀਰ ਨਾਲੇ ਪਰ ਬਣਾਈ ਗਈ ਦੇ ਪੁਲ ਦਾ ਕੱਲ ਉਦਘਾਟਨ ਕੀਤਾ ਸੜਕ ਤੇ ਪੁਲ ਦਾ ਨਿਰਮਾਣ ਪੀਐਮ ਜੀਐਸਵਾਈ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ 9 ਕਰੋੜ ਰੁਪਏ ਦੀ ਲਾਗਤ ਕਰਨੇ ਕੀਤਾ ਗਿਆ ਹੈ ਸੰਸਦ ਹੋ ਰਹੇ ਬਲਾਕ ਡੰਸਾਲ ਦੀ ਪੰਚਾਇਤ ਪੌਨਥਲ ਚ ਵਿਕਸਿਤ ਭਾਰਤ ਸੰਕਲਪ ਯਾਤਰਾ ਚ ਸਾਲਾਤਾ ਤੇ ਬਲਾਕ ਚ ਤਰੱਕੀ ਬਾਦਿਆਲੇ ਕੰਮਾਂ ਦੀ ਸਮੀਖਿਆ ਵੀ ਕੀਤੀ ਇੱਕ ਜਲਸੇ ਕੀ ਸੰਬੋਧਿਤ ਕਰਦੇ ਹੋ ਯੂਨੇ ਆਖਿਆ ਜੇ ਬਣਾਈ ਗਈ ਰਸੜਕ ਤੇ ਪੁਲ ਇਲਾਕੇ ਦੇ ਲੋਕਾਂ ਦੀ ਚਿਰੇ ਸਮਾਂ ਬਕਾਇਆ ਪਈ ਦੀ ਮੰਗ ਹੀ ਉਨੇ ਕਲਾਇਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੰਦੀ ਅਗਵਾਈ ਚ ਆਰ ਗ੍ਰਾਮ ਮੂੜੇਗੀ ਉਹਦਾ ਵਿਕਾਸ ਦਾ ਆਕਤ ਹੋਆ ਕਰਦਾ ਹੈ ਸ਼੍ਰੀ ਸ਼ਰਮਾ ਰੇ ਅਗਿਆਖਿਆ ਜੇ ਮੋਦੀ ਸਰਕਾਰੇ ਪਾਸੇ ਅਰੰਭੀਗੇਦੀਆਂ ਕਲਿਆਣਕਾਰੀ ਸਕੀਮੇ ਥਮਾ ਲਾ ਨਹੀਂ ਲੈ ਪਾ ਕਰਦੇ ਅਰ ਗਰੀਬ ਕੀ ਸ਼ਾਮਲ ਕਰਨੇ ਤੇ ਮਕਸਦ ਕਰਨੇ ਸਰਕਾਰ ਆਪਕੇ ਦਵਾਰ ਦੇ ਸਿਰਲੇਖ ਕਰਨੇ ਵਿਕਸਿਤ ਭਾਰਤ ਸੰਕਲਪ ਯਾਤਰਾ ਰੰਭ ਕੀਤੀ ਗਈ ਹੈ ਵਿਕਸਿਤ ਭਾਰਤ ਸੰਕਲਪ ਯਾਤਰਾ ਸ਼ਿਵਿਰ ਦਾ ਕੱਲ ਉਪ ਜ਼ਿਲ੍ਹਾ ਹਸਪਤਾਲ ਪਾ ਦਰਵਾਜ਼ਾ ਸਰਸਤਾ ਕੀਤਾ ਗਿਆ ਇਸ ਮੌਕੇ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਚ ਸੰਯੁਕਤ ਨਿਰਦੇਸ਼ਕ ਡਾਕਟਰ ਸੇਮਤੀ तिवारीਓ ਨੇ बतौर ਮੁਖ ਪਰਉਨੀਆਂ ਉਸ ਕਾਰਜਕ੍ਰਮ ਚ ਸ਼ਿਰਕਤ ਕੀਤੀ ਹਸਪਤਾਲ ਪੂਜਣੇ ਪਰ ਡਾਕਟਰ तिवारीਓ ਦਾ ਜ਼ੋਰਦਾਰ ਟੰਗੇ ਕਰਨੇ ਸਵਾਗਤ ਕੀਤਾ ਗਿਆ ਆਪਣੇ ਸੰਬੋਧਨ ਚ ਉਹਨੇ ਮਕਾਮੀ ਇਲਾਕੇ ਚ ਸਿਹਤ ਸੂਲ ਤੇ ਦਾ ਆਮ ਲੋਕ ਇਹਨਾਂ ਦੇ ਘਰ ਪਹੁੰਚਾਣ ਲਈ ਆਪਸੀ ਤਾਲਮੇਲ ਤੇ ਟੀਮ ਵਰਕ ਦੇ ਮਤਵੇ ਪਰ ਜ਼ੋਰ ਪਾਇਆ ਡਾਕਟਰ तिवारीਓ ਨੇ ਪ੍ਰਧਾਨ ਮੰਤਰੀ ਬੁਨਿਆਦੀ ਢਾਂਚਾ ਗਤੀ ਯੋਜਨਾ ਪਰ ਲੂਪ ਆਂਦੀ ਹੋਈ ਸਿਹਤ ਖੇਤਰ ਦੇ ਮੁੰਡਲੇ ਢਾਂਚੇ ਤੇ ਕੰਮਕਾਜ ਦੀ ਹੋਰ ਬਿਹਤਰ ਕਰਨੇ ਚ ਇਹਦੀ ਸਮਰੱਥਾ ਦਾ ਵੀ ਜ਼ਿਕਰ ਕੀਤਾ ਕਾਰਜਕ੍ਰਮ ਦਾ ਮੁੱਖ ਆਕਰਸ਼ਣ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਸੀ ਟੈਟ ਮੌਜੂਦ ਲੋਕਾਂ ਦੀ ਹੈਲਥ ਕਾਰਡ ਤਕਸੀਮ ਕਰਨਾ ਹੈ ਜ਼ਿਲ੍ਹਾ ਵਿਕਾਸ ਪਰਸ਼ਦ ਡੀ ਡੀ ਸੀ ਰਾਮਬੰਦੀਆਂ ਅਧਿਖਸ਼ ਡਾਕਟਰ ਸ਼ਮਸ਼ਾਦ ਸ਼ਾਹ ਨੇ ਸਬ ਡਿਵੀਜ਼ਨ ਗੂਲਚੇ ਰਾਜੇ ਯੋਜਨਾ ਤਹਿਤ ਤਾਰਥਮਾ ਕੋਲੀ 3 ਕਿਲੋਮੀਟਰ ਲੰਮੀ ਲਿੰਕ ਰੋਡ ਦਾ ਨਿਰਮਾਣ ਕੰਮ ਕੱਲ ਆਰੰਭ ਕਰਵਾਇਆ ਇਹ ਕੰਮ 2.6 ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ਕਰਨੇ ਪੂਰਾ ਕੀਤਾ ਜਾਗ ਇਸ ਮੌਕੇ ਬੋਲਦੇ ਹੋਏ ਡਾਕਟਰ ਸ਼ਮਸ਼ਾਦ ਹੋਰ ਨੇ ਆਖਿਆ ਜੇ ਇਸ ਸੜਕਾਂ ਦੇ ਬਣਨੇ ਪਰੰਤ ਇਲਾਕੇ ਦੇ ਲੋਕਾਂ ਦੀ ਲੰਮੇ ਚੇਰੇ ਸਮਾਂ ਬਕਾਇਆ ਪਈ ਦੀ ਮੰਗ ਪੂਰੀ ਹੋਈ ਜਾਗ ਉਹਨੇ ਪੀ ਡਬਲਯੂ ਡੀ ਦੇ ਇੰਜੀਨੀਅਰਾਂ ਕੀ ਨਿਰਮਾਣ ਕੰਮ ਵਿੱਚ ਮਿਆਰ ਦਾ ਧਿਆਨ ਰੱਖਣ ਤੇ ਵੇਲੇ ਸਿਰ ਤੋੜ ਚ ਉਨੇ ਪੰਚਾਇਤੀ ਰਾਜ ਧਾਰਿਆਂ ਦੇ ਮੈਂਬਰਾਂ ਕੀ ਟਕੋਦੇ ਤੋਰਾ ਪਰ ਆਖਿਆ ਜੇ ਉਹ ਜ਼ਾਤੀ ਟੋਰਾ ਪਰ ਕਰਵਾਇਆ ਜਾਕਰ ਦੇ ਕੰਮ ਪਰ ਧਿਆਨ ਰੱਖਣ ਦੇ ਕਨੌਕਨੀ ਆਪਣੇ ਆਪਣੇ ਇਲਾਕੇ ਚ ਨੌਜਵਾਨੇ ਤੇ ਆਮ ਲੋਕਾਂ ਦੀ ਲਾ ਪੁਝਾਣੇ ਵਾਲੀ ਸਕੀਮਾਂ ਦੀ ਅਮਲਾਬਰੀ ਪਰ ਚੇਚਾ ਧਿਆਨ ਦੇਣ ਪਸ਼ੂ ਪਾਲਨ ਮਹਿਕਮਾ ਜਮੂਰੀਆ ਨਿਰਦੇਸ਼ਕ ਡਾਕਟਰ ਸ਼ੋਭਰਾ ਸ਼ਰਮਾ ਜਿਹੜੀਆਂ ਜੇ ਕਸ਼ਤੂਾਰ ਦੇ ਦੌਂ ਰੋਜ਼ਾ ਦੌਰੇ ਪਰ ਹੀਆਂ ਕੱਲ ਜ਼ਿਲ੍ਹੇ ਦੀ ਖੀਰੀ ਨੁੱਕਰ ਪਾੜ ਦੇ ਇਲਾਕੇ ਚ ਆਪਣੇ ਦੌਰੇ ਦੇ ਖੀਰੀ ਪੜਾ ਤੈਤ ਕਮੇ ਕਾਰਵਾਈਆਂ ਕੇ ਖਤਮ ਕਰਨੇ ਪ੍ਰੰਤ ਆਪਣਾ ਦੌਰਾ ਮੁਕੰਮਲ ਕੀਤਾ ਇਹਦੇ ਸ਼ਾ ਪਹਿਲੇ ਡਾਕਟਰ ਸ਼ੁਭਰਾ ਹੋਰੇ ਜ਼ਿਲ੍ਹੇ ਦੇ ਪਸ਼ੂ ਪਾਲਨ ਖੇਤਾਂ 'ਚ ਹਾਸਲ ਤਰੱਕੀ ਤੇ ਹੋਰ ਦੂਈਆਂ ਪਹਿਲ ਕਦਮੀਆਂ ਦੀ ਵਿਆਪਕ ਸਮੀਖਿਆ ਕੀਤੀ। ਉਹਦੇ ਇਸ ਦੌਰੇ ਦਾ ਮਕਸਦ ਜ਼ਿਲ੍ਹੇ 'ਚ ਚਲਾਈ ਜਾ ਕਰਦੀਆਂ ਸਕੀਮਾਂ ਤੇ ਕਾਰਜਕ੍ਰਮਾਂ ਦਾ ਜਾਇਜ਼ਾ ਲੈਣਾ ਹੈ। ਆਪਣੇ ਦੌਰੇ ਦੌਰਾਨ ਉਹਨੇ ਜਨੋਰੇ ਦੇ ਇਲਾਜ ਮੋਹਾਲ ਜੈ ਸਰਬੰਧੀ ਚਿਕਿਤਸਾ ਪਰਿਸਰ ਕਿਸ਼ਤਵਾਰ ਥਾਰ ਤਸੀਲ ਇਕਾਈ ਭਵਨ ਤੇ ਜਨੋਰੇ ਦੇ ਆਪਰੇਸ਼ਨ ਥੀਏਟਰ ਦਾ ਉਦਘਾਟਨ ਕੀਤਾ। ਮਗਰਾ ਉਹਨੇ ਮਹਿਕਮੇ ਦੇ ਨੀਮ ਅਮਲੇ ਦੇ ਇੱਕ ਪ੍ਰਤੀਨਿਧੀ ਮੰਡਲ ਕੰਨੇ ਮਲਾਟੀ ਵੀ ਲਾਈ। ਡਾਕਟਰ ਸ਼ਰਮਾ ਹੋਰੇ ਕੋਲਡ ਚੇਨ ਦੇ ਰੱਖ ਰਖਾਵ ਤਾਈਂ ਸਭ ਯੂਨਿਟ ਗੁਲਾਬਗੜ੍ਹ ਚ ਵਾਕਿੰਗ ਕੋਲਡ ਰੂਮ ਸੂਲਤ ਉਦਘਾਟਨ ਕਰਨੇ ਦੇ ਆਵਾ ਮਕਮੇ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਫੰਡ ਵੀ ਜਾਰੀ ਕੀਤੇ ਇਹ ਪਹਿਲੀ ਵਾਰ ਹੀ ਜੇ ਮਹਿਕਮੇ ਦੇ ਨਿਰਦੇਸ਼ਕ ਨੇ ਪਾਡਰ ਇਲਾਕੇ ਦਾ ਦੌਰਾ ਲਾਇਆ ਹੈ ਖਬਰਾਂ ਦੇ ਇਸ ਬੁਲੇਟਿਨ ਚ ਬਸ ਇੰਨਾ ਹੈ